ਵੀ ਅੱਗੇ ਨਾਲੋਂ ਵੱਧ ਵੇਖਦਾ ਪਿਆ ਚਿੱਟਾ, ਪਹਿਲੋਂ ਘੱਟ ਸੀ ਹੁਣ ਤਾਂ ਨਾਰਮਲ ਚੀਜ਼ ਹੋ ਗਈ ਆ। ਤੇ ਜਿਹੜੇ ਸ਼ੰਕਾ ਇਹ ਚਿੱਟੇ ਵਾਲੇ ਜਿਹੜੇ ਪਿੰਦੇ ਉਹਨਾਂ ਤੇ ਸਾਨੂੰ ਪਿੰਡ ਤੇ ਡੌੜ, ਕਿਉਂਕਿ ਪਹਿਲੋਂ ਵਾਰਦਾਤ ਉਹਨਾਂ ਕੀਤੀਆਂ ਇੱਥੇ ਪਿੰਡ ਦੇ ਵਿੱਚ। ਹਾਂਜੀ ਇਹ ਤੇ ਇਸੇ ਘਰ ਦੇ ਵਿੱਚ ਇੱਕ ਦੋ ਵਾਰ ਪਹਿਲੋਂ ਵੀ ਉਹਨਾਂ ਵਾਰਦਾਤ ਕੀਤੀ ਆ, ਸਾਨੂੰ ਉਹਨਾਂ ਤੇ ਡੌੜ ਆ, ਕਿਉਂਕਿ ਜਿਹੜਾ ਇੱਕ ਦੋ ਵਾਰ ਪਹਿਲੋਂ ਕਰ ਗਿਆ ਹੋਵੇ ਉੱਤੇ ਹੋਣਾ ਡੌੜ। ਤੇ ਪਿੰਡ 'ਚ ਵੀ ਚਿੱਟਾ ਵਿਕਦਾ ਜਾਂ ਇੱਥੇ ਨੇੜੇ? ਨਹੀਂ ਪਿੰਡ ਸਾਡੇ 'ਚ ਨਹੀਂ ਵਿਕਦਾ, ਪਿੰਡ ਸਾਡੇ 'ਚ ਨਹੀਂ ਵਿਕਦਾ, ਬੰਨਿਓ ਲੈ ਕੇ ਆਉਂਦੇ ਆ ਜੀ। ਹਾਂਜੀ ਹਾਂਜੀ ਬੰਦਿਓ ਲੈ ਕੇ ਆਉਂਦੇ, ਇਹ ਨਸ਼ੇ ਦੀ ਪੂਰਤੀ ਦਾ ਕਰਕੇ ਜੀ, 1,200 ਰੁਪਏ ਦਾ ਕਰਕੇ, ਹੋਰ ਕਿਹੜਾ 1,200 ਨਾਲ ਕਿਸੇ ਨੇ ਗੱਡੀ ਲੈ ਲੈਣੀ ਜਾਂ ਹੋਰ ਕੁਛ ਲੈ ਲੈਣਾ, ਇਹ ਨਸ਼ੇ ਦਾ ਕਰਕੇ ਹੋਇਆ ਸਾਰਾ ਕੁਛ। ਅੱਜ ਇੱਥੇ ਪਿੰਡ ਆਲੀਵਾਲ ਥਾਣਾ ਲੋਹੀਆਂ ਦੇ ਵਿੱਚ ਇੱਕ ਡਬਲ ਮਰਡਰ ਹੋਇਆ, ਜਿਹਨੂੰ ਦੇਖਣ ਵਾਸਤੇ ਮੈਂ ਅਤੇ ਸਾਡੀ ਪੂਰੀ ਟੀਮ ਜਿਹੜੀ ਹੈਗੀ ਹੈ ਉਹ ਮੌਕੇ 'ਤੇ ਆਏ ਹਾਂ। ਅਤੇ ਇਹ ਜਿਹੜਾ ਡਬਲ ਮਰਡਰ ਹੋਇਆ, ਬੜੀ ਮੰਦਭਾਗੀ ਘਟਨਾ ਇਹ ਪਿੰਡ 'ਚ ਹੋਈ ਹੈ, ਅਤੇ ਸਾਡੀ ਟੀਮ ਪੂਰੀ ਇਸ ਚੀਜ਼ 'ਤੇ ਲੱਗੀ ਹੋਈ ਹੈ ਅਤੇ ਛੇਤੀ ਹੀ ਇਸ ਨੂੰ ਟਰੇਸ ਕਰ ਲਿਆ ਜਾਵੇਗਾ। ਇੱਕ ਜਿਹੜੇ ਮਾਤਾ ਹੈਗੀ ਹੈ 65 ਸਾਲ ਦੀ ਕਰੀਬ ਉਮਰ ਹੈ ਉਹਨਾਂ ਦੀ, ਅਤੇ ਉਹਨਾਂ ਦੀ ਡੈੱਡ ਬੋਡੀ ਘਰ ਦੇ ਅੰਦਰੋਂ ਹੀ ਜਿਹੜੀ ਮਿਲੀ ਹੈ, ਅਤੇ ਸਿਰ 'ਤੇ ਜਿਹੜੀ ਹੈਗੀ ਹੈ ਕਾਫੀ ਸੱਟ ਵੱਜੀ ਹੋਈ ਹੈ। ਅਤੇ ਜਿਹੜਾ ਲੜਕਾ ਹੈਗਾ ਕਰੀਬ 35 ਸਾਲ ਉਮਰ ਹੈ, ਉਹ ਘਰ ਤੋਂ ਕਰੀਬ 150 ਗਜ਼ ਦੇ ਆਸ ਪਾਸ ਖੇਤ ਦੇ ਵਿੱਚੋਂ ਉਹਦੀ ਬੋਡੀ ਮਿਲੀ ਹੈ, ਅਤੇ ਉਹਦੇ ਗਲੇ 'ਤੇ ਵੀ ਨਿਸ਼ਾਨ ਹੈ ਅਤੇ ਮੂੰਹ ਦੇ ਉੱਤੇ ਵੀ ਜਿਹੜਾ ਹੈਗਾ ਮੂੰਹ ਵੀ ਬੰਦ ਕਰਕੇ ਸਾਹ ਘੁੱਟਿਆ ਲੱਗਦਾ ਹੈ। ਅਤੇ ਬਾਕੀ ਜਿਹੜੀ ਚੀਜ਼ ਹੈ ਸਾਰੀ ਪੋਸਟਮਾਰਟਮ ਤੋਂ ਕਲੀਅਰ ਹੋਏਗੀ। ਇਹ ਜਾਪਦਾ ਜਿਵੇਂ ਕਿਸੇ ਨੂੰ ਕੋਈ ਕੋਈ ਪਰਸਨਲ ਰੰਜਿਸ਼ ਦੇ ਤੌਰ 'ਤੇ ਜਾਂ ਫਿਰ ਕੋਈ ਲੁੱਟਣ ਦੇ ਹਿਸਾਬ ਨਾਲ ਆਇਆ ਹੋਵੇ, ਅਤੇ ਉਦੋਂ ਬਾਅਦ ਇੰਸੀਡੈਂਟ ਹੋ ਗਿਆ, ਅਤੇ ਸਾਡੇ ਕੋਲ ਕੁਛ ਕਲੂਜ਼ ਹੈਗੇ ਆ, ਕੁਛ ਹਿੰਟ ਹੈਗੇ ਆ, ਅਤੇ ਛੇਤੀ ਇਸ ਕੇਸ ਨੂੰ ਜਿਹੜਾ ਟਰੇਸ ਕਰ ਲਿਆ।